ढाई तीन साल हो गए पुत नूं घरों कढे नूं, कदे दी बात पुछी है? दो महीने बीमार रहा, सारा पिंड पता लैके गया, सोतों ना सरिया। देख ला बेबे, एक महीना हो गया पूरा बापू मरे नूं, हले तक सच जाने आउंदा हैगा। ऐ लगदा बापू जिवें पिंड च गया हुंदा किसे दे आऊगा घरे। ओह तां हैगा ही आ पुत, सच कित्थे आउंदा। जे बंदा बीमार ठमार होवे फिर भी मन समझाया जावे। तेरा बापू तां चंगा भला सी, पता ही लग्गिया कदों तुर गया। बस अटैक ही आ गया बेबे, की करिए। करना तां की है पुत, अच्छा मेरी गल सुन जिहड़ी करन वाली है। आपां ऐ करिए बग्गे पुत, तैनू तां पता ही है भी जस्सा तेरा मतरेया भरा है, जमीन भी अपने कोले वाली नहीं, 8 किले ही है सारे। हां बे, उह तां 4-4 रह जाणगे मेरे ते बाई जस्से कोल। जस्से बाई कोले? किधरला तेरा जस्सा बाई लगदागा? मेरे ध्यान नाल गल सुन, जिहड़ी मैं तैनू समझाउण लगी आ, कोई 4-4 किले नहीं देने जस्से नूं। जदों इहदी मां मरी आ उदों 1.5 किले सी इहनां कोले। फिर मेरे आई तों मैं ते तेरे बापू ने 8 किले बणाए, उदों 1.5 किले सी। इहनूं तां 1.5 किले चों ही देवांगे आपां, इहनूं 1-1.5 किला दे के अड कर दांगे आपां। किवें अड कर देंगे बेबे, मैं समझिया नहीं कुछ। हाँ, जिहड़ा अपना पिंड च पुराना घर पिया ओह दे दांगे इहनूं, आपे हौली हौली मुरम्मत कराई जाऊगा। गल तां तेरी सही है बेबे, जे 7 किले मेरे कोल आ जाण मेरे तां बल्ले बल्ले हो जाए। आउणगे आउणगे, आपां नूं की डर मारे किसे दा, आपां कह देंगे। परसों तों गया हले तक आए नहीं हैगे। मैनूं तां लगदा सुखपाल दी मां ज्यादा ढिल्ली है, करूगी चढ़ाई। ढिल्ली तां खास ही दस दिया बेबे। चल आपां नूं की, जदों आउणगे आपां करदे आं गल, कड़ा होके रही तूं भी। हाँ हाँ बेबे, फिक्र ना कर, जदों तूं मेरे नाल मैं तां काल डई आ। बे मैं तां नाल ही आं तेरे, मतरे तां मतरे ही हुंदे ने, मेरा की लगदा इह। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਹੋਰ ਬੇਬੇ, ਸਿਹਤ ਠੀਕ ਆ? ਠੀਕ ਹੈ। ਪਾਣੀ ਦਾਣੀ ਪੀ ਲਓ ਜੱਸਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਹਾਂ ਬੇਬੇ, ਕੀ ਗੱਲ ਹੈ? ਗੱਲ ਕੀ ਹੋਣੀ ਸੀ, ਹੁਣ ਬੱਗੇ ਦਾ ਵਿਆਹ ਕਰਨਾ ਹੈ, ਨਾਲੇ ਤਾਂ ਆਪਾਂ ਜ਼ਮੀਨ ਵੰਡ ਲਈਏ, ਨਾਲੇ ਤੁਸੀਂ ਨਾ ਪੁਰਾਣੇ ਘਰ 'ਚ ਸਮਾਨ ਧਰ ਲਓ ਹੁਣ। ਲੈ ਬੇਬੇ, ਇਹ ਕੀ ਗੱਲ ਕਰਤੀ ਤੂੰ? ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਦੋਨੇ ਭਾਈ ਕਦੇ ਅੱਡ ਹੋਵਾਂਗੇ। ਅੱਡ ਤਾਂ ਹੋਣਾ ਹੀ ਹੈ ਫਿਰ, ਇੱਕ ਦਿਨ ਤਾਂ ਹੋਣਾ ਪਊਗਾ ਹੀ। ਲੈ ਇੱਕ ਦਿਨ ਅੱਡ ਕਾਹਦਾ ਹੋਣਾ ਬੇਬੇ, ਜਦੋਂ ਅਸੀਂ ਦੋਨੇ ਭਾਈ ਆਪ 'ਚ ਫਰਕ ਹੀ ਨਹੀਂ ਪੈਣ ਦਿੰਦੇ। ਜੱਸੇ, ਬਾਹਲੀਆਂ ਗੱਲਾਂ 'ਚ ਫਾਇਦਾ ਨਹੀਂ, ਤੂੰ ਆਪਦਾ ਹਿੱਸਾ ਲੈ ਅਤੇ ਪੁਰਾਣੇ ਘਰ ਚੱਲਿਆ ਜਾ। ਬੇਬੇ ਕਮਾਲ ਹੋ ਗਈ ਤੇਰੀ, ਹੈਂ? ਆ ਦੇਖ ਬੱਗੇ, ਬੇਬੇ ਕੀ ਗੱਲਾਂ ਕਰੀ ਜਾਂਦੀ ਹੈ, ਕਹੀਂ ਤੂੰ ਅੱਡ ਹੋ ਜਾ ਕੇ ਲੈ ਕੇ ਸਮਾਨ ਦੂਜੇ ਘਰੇ ਵਗ ਜਾ, ਮੈਂ ਕਿਵੇਂ ਉੱਥੋਂ ਅੱਡ ਹੋ ਸਕਦਾ ਪਹਿਲਾਂ? ਅੱਡ ਵਾਲੀ ਕਿਹੜੀ ਗੱਲ ਆ ਬਈ ਜੱਸੇ, ਜ਼ਮੀਨ ਤਾਂ ਇੱਕ ਦਿਨ ਵੰਡਣੀਓ ਪੈਣੀ ਆ। ਕੱਲ੍ਹ ਨੂੰ ਮੈਂ ਵੀ ਆਪਦਾ ਵਿਆਹ ਵੂਹ ਕਰਵਾਉਣਾ, ਜਿਹੜਾ 1.5 ਕਿੱਲਾ ਤੇਰੇ ਹਿੱਸੇ ਦਾ ਬਣਦਾ ਤੂੰ ਲੈ ਲਾ। ਉਹ ਯਾਰ ਕੀ ਮਜ਼ਾਕ ਕਰੀ ਜਾਂਦੇ ਬੱਗੇ? ਮਜ਼ਾਕ ਨਹੀਂ ਕਰਦਾ ਜੱਸੇ, ਸੱਚੀ ਗੱਲ ਹੈ, ਜਿਹੜਾ ਆਉਂਦਾ ਤੇਰੇ ਹਿੱਸੇ ਦਾ 1.5 ਕਿੱਲਾ ਤੂੰ ਲੈ ਲੈ ਆਪਦਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇਬੇ, ਕੀ ਗੱਲਾਂ ਕਰੀ ਜਾਂਦੇ ਤੁਸੀਂ? ਕਿਹੜਾ 1.5 ਕਿੱਲਾ? ਆਪਣੇ ਕੋਲ ਤਾਂ 8 ਕਿੱਲੇ ਜ਼ਮੀਨ ਦੇ ਨੇਗੇ, ਨਾਲੇ ਮੈਂ ਦੂਜੀ ਗੱਲ, ਮੈਂ ਤਾਂ ਤੁਹਾਨੂੰ ਅੱਡ ਹੋਣੀ ਨਹੀਂ ਚਾਹੁੰਦਾ। ਅੱਡ ਤਾਂ ਜੱਸੇ ਹੋਣਾ ਹੀ ਪਊਗਾ, ਮੈਂ ਵੀ ਆਪਦੇ ਪੁੱਤ ਦਾ ਵਿਆਹ ਵੂ ਕਰਨਾ ਹੈ। ਲੈ ਬੇਬੇ, ਮੈਂ ਕਿਹੜਾ ਤੇਰਾ ਪੁੱਤ ਨਹੀਂ ਹੈਗਾ, ਕੀ ਹੋ ਗਿਆ ਜੇ ਤੇਰੀ ਕੁੱਖੋਂ ਜਨਮ ਨਹੀਂ ਲਿਆ? ਮੇਰਾ ਬਾਪੂ ਤੈਨੂੰ ਮੇਰੀ ਮਾਂ ਹੀ ਬਣਾ ਕੇ ਲਿਆਇਆ ਸੀ, ਮੈਂ ਤਾਂ ਤੈਨੂੰ ਮਾਂ ਹੀ ਸਮਝਿਆ ਹੁਣ ਤੱਕ। ਆਹੋ ਸਮਝਿਆ ਮਾਂ, ਅੱਜ ਕੱਲ੍ਹ ਤਾਂ ਆਪਦਾ ਖੂਨ ਨਹੀਂ ਆਪਦਾ ਬਣਦਾ, ਮਤਰੇਆ ਕੌਣ ਬਣਦਾ? ਚੱਲ ਮੈਂ ਤਾਂ ਮਤਰੇਆ ਪੁੱਤ ਹੋ ਸਕਦਾ, ਬੱਗਾ ਤਾਂ ਮੇਰਾ ਸਕਾ ਭਰਾ ਹੈ ਨਾ, ਪਿਓ ਤਾਂ ਸਾਡਾ ਇੱਕ ਸੀ। ਦੇਖ ਜੱਸੇ, ਬਾਲੀਆਂ ਧਾਰਨਾਈਆਂ ਦੇਣ ਦੀ ਲੋੜ ਨਹੀਂ, ਅੱਡ ਤਾਂ ਆਪਾਂ ਨੂੰ ਹੋਣੀ ਪਊਗਾ, ਆਪਦਾ 1.5 ਕਿੱਲਾ ਲੈ ਤੇ ਪਾਸੇ ਹੋ। ਲੈ ਬੱਗੇ ਤੂੰ ਗੱਲਾਂ ਕਿਹੜੀਆਂ ਕਰਦਾ, ਜੇ ਅੱਡ ਹੋਣੀ ਹੈ 1.5 ਕਿੱਲਾ ਸਾਡਾ ਕਿਉਂ ਬਣਦਾ? 8 ਚੋਂ 4 ਆਉਂਦੇ ਨੇ ਸਾਡੇ ਹਿੱਸੇ ਦੇ। 4 ਨਾ ਕਿਤੇ, 5 ਆਉਂਦੇ ਹੋਣਗੇ, ਚੁੱਪ ਕਰਕੇ ਬਹਿ ਜਾ। ਜਦੋਂ ਇਹਦੀ ਮਾਂ ਜਿਉਂਦੀ ਸੀ ਉਦੋਂ 1.5 ਕਿੱਲਾ ਸੀ ਇਹਨਾਂ ਕੋਲੇ, ਜਦੋਂ ਫਿਰ ਮੈਂ ਆਈਆਂ ਨਾ ਉਦੋਂ ਅਸੀਂ ਆਪਦੀ ਮਿਹਨਤ ਨਾਲ ਬਣਾਏ ਨੇ 7 ਕਿੱਲੇ। ਨਾ ਬੇਬੇ, ਧੱਕੇਸ਼ਾਹੀ ਨਾ ਕਰ ਤੂੰ ਇੰਨੀ, ਮੇਰੇ ਪਿਓ ਦੇ ਜਿਉਂਦੇ ਜੀ ਤਾਂ ਤੂੰ ਕਦੇ ਬੋਲੀ ਨਹੀਂ, ਹੁਣ ਉਹਦੇ ਮਰਨ ਤੋਂ ਬਾਅਦ ਇੱਕਦਮ ਤੈਨੂੰ ਕੀ ਹੋ ਗਿਆ? ਹੁਣ ਮੇਰੇ ਨਾਲ ਵਿਤਕਰਾ ਕਰਦੀ ਆ ਮੈਂ ਤੇਰੇ, ਆ ਸਮਝ ਗਈ? ਤੂੰ ਬਾਹਲਾ ਨਾ ਮੇਰੇ ਨਾਲ ਮੋਹ ਪਿਆਰ ਜਾ ਜਾਈ ਜਾ, ਮੇਰੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ। ਮੇਰੇ ਮੁੰਡੇ ਦੇ 7 ਕਿੱਲੇ ਬਣਦੇ ਆ, ਉਹ ਤਾਂ ਅਸੀਂ ਲੈ ਕੇ ਰਹਾਂਗੇ, ਭਾਵਾਂ ਸਾਨੂੰ ਧੱਕਾ ਹੀ ਕਰਨਾ ਪੈ ਜੇ। ਬੇਬੇ ਇਹ ਤਾਂ ਤੇਰੀ ਬਹੁਤ ਮਾੜੀ ਗੱਲ ਹੈ, ਇੰਨਾ ਧੱਕਾ ਸਾਡੇ ਨਾਲ, ਪਰ ਇਹ ਤਾਂ ਨਹੀਂ ਮੈਂ ਹੋਣ ਦਿੰਦੀ। ਨਹੀਂ ਤੂੰ ਕੀ ਕਰ ਲੈਂਗੀ, ਜੇ ਨਹੀਂ ਮੰਨਦੇ ਮੈਂ ਸਾਦੀ ਆ ਬੱਗੇ ਦੇ ਮਾਮੇ ਹੋਰਾਂ ਨੂੰ, ਬਥੇਰੇ ਮੇਰੇ ਭਰਾ ਫਿਰਦੇ ਤੁਰਦੇ ਨੇ, ਪੈਰ ਨਹੀਂ ਰੱਖਣ ਦਿੰਦੇ ਜ਼ਮੀਨ 'ਚ ਤਾਂ। ਬੇਬੇ ਇਹ ਤਾਂ ਧਮਕੀਆਂ ਦਿੰਦੀ ਆ, ਭਰਾ ਤਾਂ ਮੇਰੇ ਵੀ ਹੈਗੇ ਨੇ। ਸੁਖਪਾਲ ਤੈਨੂੰ ਅਕਲ ਨਹੀਂ ਹੈਗੀ ਬੇਬੇ ਨਾਲ ਕਿਵੇਂ ਗੱਲ ਕਰਦੀ ਆ? ਮੈਂ ਤੁਹਾਡੇ ਸਾਹਮਣੇ ਕਿੰਨੀ ਇੱਜ਼ਤ ਕਰਦੀ ਬੇਬੇ ਦੀ, ਬੇਬੇ ਨੇ ਤੁਹਾਡੀ ਭੋਰਾ ਕਦਰ ਨਹੀਂ ਪਾਈ, ਨਾ ਮੇਰੀ ਕਦਰ ਪਾਈ, ਜੇ ਆਪਾਂ ਬੋਲਦੇ ਨਹੀਂ ਆਏ ਥੋੜ੍ਹਾ ਆਪਣੇ ਨਾਲ ਧੱਕਾ ਕਰਨ? ਇਹ ਕਰਾਂਗੇ ਅਸੀਂ ਤਾਂ ਧੱਕਾ,
कर ला जेड़ा कुछ करना है। देख बेबे इस बंदे ने तेरी हमेशा इज्जत करी है, तेनू सकी मां समझे, पर तू इहदे ते जुल्म ना कर। जे बेबे नू इहने मां समझा तां बेबे ने इहनू किहड़ा पुत नहीं समझा। जे इहने पुत समझा हुंदा बाई तां काणी वंड क्यों करदी? नहीं काणी वंड नहीं करदी, जिद्दे मैं आईआं 1.5 किले सी इहनां कोले, इह तां बाद च दोए जीआं ने असीं मेहनत करके बणाई है जमीन, इस जमीन दे उत्ते मेरे पुत दा ही हक है। कोई ना बेबे, उह तां पंचायत ही दसूगी वी किहदा हक है। ना पंचायत की साडे ते तोप चला दू, सद ला जिहनू सदणा है। ਕੱਲ ਦੀ ਭੂਤ ਨਹੀਂ ਸੀ ਪਿਆ ਚੱਦ। ਬੇਬੇ ਹੈ ਤਾਂ ਮੈਂ ਤੇਰੇ ਨਾਲ ਹੱਦ 'ਚ ਹੀ ਰਹਿ ਕੇ ਗੱਲ ਕਰਦੀ ਆਂ, ਮੇਰੀ ਹੱਦ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰ। ਮੜਾ ਜਿਹਾ ਹਿਸਾਬ ਨਾਲ ਗੱਲ ਕਰ ਭਾਬੀ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਬੱਗਿਆ ਭਾਬੀ ਲੱਗਦੀ ਹੈ ਤੇਰੀ? ਨਾ ਮੈਂ ਭਾਬੀ ਦੀ ਲਿਹਾਜ਼ ਰੱਖਣੀ ਨਾ ਰੱਖਣੀ ਤੇਰੀ, ਬਸ ਮੈਂ ਤੈਨੂੰ ਕਹਿਤਾ। ਅੱਛਾ ਅੱਛਾ, ਮੈਂ ਤਾਂ ਤੇਰੇ ਤੇ ਜਾਨ ਬਾਰ ਦਾ ਰਿਹਾ, ਤੂੰ ਮੇਰੀ ਲਿਹਾਜ਼ ਨਹੀਂ ਰੱਖਣੀ। ਚੱਲ ਠੀਕ ਹੈ, ਚੰਗਾ ਬੇਬੇ, ਮਰਜ਼ੀ ਹੈ ਤੇਰੀ, ਜਿਹੜਾ ਕੁਛ ਦੇਣਾ ਦੇ ਦੇ, 1.5 ਕਿੱਲਾ ਦੇ ਦੇ, ਹੋਰ ਕੀ ਹੈ, ਮਤਰੇ ਤਾਂ ਮਤਰੇ ਹੀ ਹੁੰਦੇ ਨੇ। ਹਾਂ, ਤੂੰ ਆਪਦਾ ਨਾ ਸਮਾਨ ਸਪਾ ਲਿਜਾਣ ਦਾ ਨਾ ਪੁਰਾਣੇ ਘਰ 'ਚ ਇੰਤਜ਼ਾਮ ਕਰ ਲੈ ਆਪਦਾ। ਕਰ ਲੈਨੇ ਬੇਬੇ, ਕਰ ਲੈਨੇ, ਕੋਈ ਨਾ। ਲੈ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਤੂੰ ਚੁੱਪ ਕਰ ਰਪਾਲ, ਮੈਂ ਜਿਹਨੂੰ ਸਾਰੀ ਉਮਰ ਮਾਂ ਸਮਝਦਾ ਰਿਹਾ, ਜਦੋਂ ਉਸੇ ਨੇ ਕਹਿਤਾ ਵੀ ਤੇਰਾ ਕੋਈ ਜ਼ਮੀਨ 'ਤੇ ਹੱਕ ਨਹੀਂ ਹੈਗਾ, ਫਿਰ ਆਪਾਂ ਕੀ ਲੈਣਾ ਜ਼ਮੀਨ ਤੋਂ? ਕੋਈ ਨਾ ਬੇਬੇ, ਅਸੀਂ ਵਗ ਜਾਵਾਂਗੇ 1-2 ਦਿਨਾਂ ਤੱਕ, ਹੈਂ। ਚੱਲ ਆ ਜਾ ਤੂੰ ਫਿਰ। ਇੱਕ ਤਾਂ ਮੇਰੀ ਮਾਂ ਬਿਮਾਰ ਹੈ, ਮੈਂ ਉੱਧਰੋਂ ਦੁਖੀ ਹਾਂ, ਹੈਂ। ਆਹ ਕੀ ਗੱਲ ਹੋਈ, ਲੈ 1.5 ਕਿੱਲਾ ਲੈ ਲਓ, ਕਹਿੰਦੇ 4 ਕਿੱਲੇ ਆਉਂਦੇ ਨੇ ਆਪਣੇ ਹਿੱਸੇ ਦੇ। ਮੈਂ ਮੰਨਦਾ ਸੁਖਪਾਲ, ਵੀ ਆਪਣਾ ਹਿੱਸਾ ਬਣਦਾ ਹੈ, ਜਦੋਂ ਬੇਬੇ ਨਹੀਂ ਦੇਣਾ ਚਾਹੁੰਦੀ ਆਪਾਂ ਨੂੰ, ਫਿਰ ਕੀ ਕਰੀਏ ਆਪਾਂ? ਨਹੀਂ ਕੀ ਸਾਹਿਬ ਹੋਇਆ ਵੀ ਬੇਬੇ ਦੇਣਾ ਨਹੀਂ ਚਾਹੁੰਦੀ, ਇਹ ਤਾਂ ਹੁਣ ਆਪਾਂ ਨੂੰ ਹੀ ਪਤਾ ਬੇਬੇ ਦੇਣਾ ਨਹੀਂ ਚਾਹੁੰਦੀ, ਜੇ ਉਹਦਾ ਬਸ ਚੱਲੇ ਤਾਂ ਆਪਾਂ ਨੂੰ 1.5 ਵੀ ਨਾ ਦੇਵੇ। ਪਰ ਆਪਾਂ ਤਾਂ ਆਪਣਾ ਹੱਕ ਲੈਣਾ ਨਾ, ਇਹ ਕੋਈ ਗੱਲ ਹੋਈ, ਲੈ ਬੱਗਾ ਮੈਨੂੰ ਕਿਵੇਂ ਬੋਲਿਆ ਦੇਖ ਲੈ। ਅਸਲ 'ਚ ਆਪਾਂ ਨੂੰ ਇਹ ਆਪਣਾ ਸਮਝਦੀ ਨਹੀਂ, ਤੁਹਾਨੂੰ ਤਾਂ ਇਸ ਗੱਲ ਦਾ ਪਤਾ ਹੀ ਹੈ, ਬੇਬੇ ਨੇ ਹਮੇਸ਼ਾ ਤੁਹਾਨੂੰ ਮਤਰਿਆ ਹੀ ਸਮਝੇ। ਬੇਬੇ ਨੇ ਤਾਂ ਹਰ ਗੱਲ 'ਚ ਬੱਗੇ ਨੂੰ ਮੂਹਰੇ ਰੱਖਿਆ, ਅਜੇ ਤੱਕ ਕੋਈ ਵਿਆਹ ਸ਼ਾਦੀ ਹੋਵੇ ਰਿਸ਼ਤੇਦਾਰੀ 'ਚ ਤਾਂ ਨਹੀਂ ਆਪਾਂ ਨੂੰ ਕਿਤੇ ਲੈ ਕੇ ਗਏ, ਸੋਰੇ ਤਾਂ ਜਾਨਵਰਾਂ ਵਾਂਗੂ ਕੰਮ ਕਰਾਉਂਦੇ ਨੇ। ਬੱਗੇ ਤੋਂ ਦੇਖ ਰਿਹਾ ਡੱਕਾ ਦੂਰਾ ਨਹੀਂ ਕਰਾਇਆ ਕਦੇ, ਦੇਸੀ ਤਾਂ ਮੈਨੂੰ ਪੈਰੀ ਜਾਂਦਾ ਸੀ ਵੀ ਆਪਣੇ ਨਾਲ ਕਦੇ ਐਂ ਹੋਊਗਾ। ਪਤਾ ਤਾਂ ਮੈਨੂੰ ਵੀ ਸੀ, ਹੁਣ ਕੀ ਕਰੀਏ ਸੁਪਾਲ, ਪੁਰਾਣਾ ਘਰ ਤਾਂ ਯਾਰ ਆਪਣਾ ਜ਼ਮੀਨ ਡਿੱਗਣ ਵਾਲਾ ਹੈਗਾ, ਉਹ ਤਾਂ ਕਦੇ ਛੱਤ ਨਾਲ ਉੱਤੇ ਡਿੱਗ ਜੇ, ਕਿਵੇਂ ਰਹਾਂਗੇ ਆਪਾਂ ਉੱਥੇ? ਮੈਨੂੰ ਤਾਂ ਆਪਣਾ ਫਿਕਰ ਲੱਗਿਆ ਪਿਆ, ਇੱਕ ਤੁਸੀਂ ਕਹਿਤਾ ਬੇਬੇ ਨੂੰ ਵੀ ਅਸੀਂ ਵਗ ਜਾਵਾਂਗੇ, ਤੁਸੀਂ ਮਾੜਾ ਮੋਟਾ ਤਾਂ ਬੋਲਣਾ ਤੀ, ਆਪਾਂ ਤਾਂ ਪੰਚਾਇਤ ਇਕੱਠੀ ਕਰਾਂਗੇ, ਵੀ ਸ਼ਰੇਆਮੀ ਧੱਕਾ ਕਰੀ ਜਾਂਦੇ ਨੇ ਸਾਡੇ ਨਾਲ। ਉਹ ਤਾਂ ਮੈਨੂੰ ਵੀ ਪਤਾ ਵੀ ਧੱਕਾ ਕਰਨ ਲੱਗੇ ਨੇ, ਪਰ ਕੀ ਕਰੀਏ ਸੁਪਾਲ, ਹੁਣ ਉਹ ਮੇਰੀ ਮਾਂ ਹੈਗੀ, ਉਹ ਮੇਰਾ ਭਾਈ ਹੈ, ਮੈਂ ਲੜਦਾ ਚੰਗਾ ਲੱਗਦਾ ਉਹਨਾਂ ਨਾਲ। ਕਮਾਲ ਹੋ ਗਈ, ਉਹਨੂੰ ਤਾਂ ਪੁੱਤ ਸੋਨੂੰ ਸਮਝ ਹੀ ਨਹੀਂ ਕਦੇ। ਪਰ ਮੈਂ ਤਾਂ ਉਹਨੂੰ ਮਾਂ ਸਮਝਿਆ ਨਾ ਸੁਪਾਲ। ਚੱਲ ਫਿਰ ਕਰ ਲਓ ਤਿਆਰੀ ਪੁਰਾਣੇ ਘਰ 'ਚ ਜਾਣ ਦੀ, ਹੋਰ ਕੀ ਹੈ, ਜਾਣੀ ਪਊਗਾ ਹੁਣ ਤਾਂ। ਬੇਬੱਗਿਆ ਪੁੱਤ, ਮੇਰੀ ਗੱਲ ਸੁਣ ਧਿਆਨ ਨਾਲ, ਹੁਣ 6.5 ਕਿੱਲੇ ਜ਼ਮੀਨ ਦੇ ਹੋ ਗਏ ਤੇਰੇ ਕੋਲੇ, ਹੁਣ ਜੱਚ ਕੇ ਵਾਹੀ ਕਰ। ਪਹਿਲਾਂ ਮੈਂ ਤੈਨੂੰ ਦੇਖ ਡੱਕਾ ਨਹੀਂ ਤੋੜਨ ਦਿੱਤਾ, 4-5 ਕਿੱਲੇ ਭਾਵਾਂ ਠੇਕੇ 'ਤੇ ਹੋਰ ਲੈ ਲੈ ਅਤੇ ਸਰੀਰ ਲਾ ਲੈ ਬਸ਼ੱਕ ਜੀ। ਪਹਿਲਾਂ ਮੈਂ ਸਾਰਾ ਕੰਮ ਜੱਸੇ ਤੋਂ ਕਰਾਉਂਦੀ ਰਹੀ ਹਾਂ ਤੇਰੇ ਸਾਹਮਣੇ। ਹਾਂ ਬੇਬੇ, ਮੈਂ ਭਾਲਦਾ ਕੋਈ ਸਰੀਰ ਵਧੀਆ ਜਾਂ ਚੰਗਾ ਜਿਹਾ ਬੰਦਾ। ਊਂ ਆਪਾਂ ਚੰਗੇ ਰਹੇ, ਜਿਹੜਾ ਆਪਾਂ ਚੁਕਾਤਾ ਇਹਨਾਂ ਦਾ ਜੁੱਲੀ ਤਪੜਾ ਹੁਸ਼ਿਆਰੀ ਨਾਲ। ਹਾਂ ਬੇਬੇ, ਗੱਲ ਤਾਂ ਤੇਰੀ ਠੀਕ ਆ, ਮੈਨੂੰ ਤਾਂ ਅਸੀਂ ਜੱਸਾ ਪੋਲੇ ਪੈਰੀ ਮੰਨਣਾ ਨਹੀਂ, ਇਹ ਤਾਂ ਛੇਤੀ ਉਹ ਮੰਨ ਗਿਆ। ਮੰਨਣਾ ਹੀ ਪੈਣਾ ਸੀ, ਜੇ ਸਿੱਧੀ ਉਂਗਲ ਨਾਲ ਨਾ ਘਿਓ ਨਿਕਲਦਾ ਆਪਾਂ ਟੇਢੀ ਕਰ ਲੈਂਦੇ। ਉਹ ਮੈਂ ਜਾਣਦੀ ਹਾਂ ਇਹਨੂੰ, ਹੈਗਾ ਤਾਂ ਇਹ ਡਰਪੋਕ ਹੀ ਹੈ। ਬੇਬੇ ਚਾਹੇ ਡਰਦਾ ਸਮਝ ਲਾ, ਚਾਹੇ ਸਰੀਫ ਸਮਝ ਲਾ। ਹਾਂ ਗੱਲ ਤਾਂ ਤੇਰੀ ਸਹੀ ਹੈ ਪੁੱਤ। ਬਾਪੂ ਕਹਿੰਦਾ ਮੈਂ ਤੇਰੇ ਵਾਸਤੇ ਨਵੀਂ ਮਾਂ ਲਿਆਇਆ, ਮੈਂ ਉਦੋਂ ਬਾਹਲਾ ਖੁਸ਼ ਹੋਇਆ ਸੀ, ਪਰ ਮੇਰਾ ਵਹਿਮ ਥੋੜੇ ਦਿਨਾਂ 'ਚ ਹੀ ਨਿਕਲ ਗਿਆ, ਜਦੋਂ ਬਾਪੂ ਖੇਤ ਵਗ ਜਾਂਦਾ ਮੈਨੂੰ ਬਹੁਤ ਕੁੱਟਦੀ ਹੁੰਦੀ। ਤੁਸੀਂ ਫਿਰ ਬਾਪੂ ਨੂੰ ਦੱਸਦੇ ਹੁੰਦੇ ਸੀ ਖੇਤੋਂ ਆਏ ਨੂੰ? ਕਈ ਵਾਰ ਦੱਸਿਆ ਸੀ ਬਾਪੂ ਨੂੰ, ਬਾਪੂ ਕਹਿੰਦਾ ਜੇ ਤੇਰੀ ਸਕੀ ਮਾਂ ਹੁੰਦੀ ਉਹ ਨਾ ਤੈਨੂੰ ਕੁੱਟਦੀ। ਉਹ ਤੋਂ ਬਾਅਦ ਫਿਰ ਮੈਂ ਚੁੱਪ ਹੋ ਗਿਆ, ਫਿਰ ਤਾਂ ਮੈਂ ਚਪੇੜਾਂ ਨੂੰ ਹੀ ਆਪਦੀ ਆਦਤ ਬਣਾ ਲਿਆ। ਮੈਂ ਤੈਨੂੰ ਇੱਕ ਸਹੀ ਗੱਲ ਦੱਸਾਂ ਸੁਪਾਲ, ਮੇਰੀ ਮਾਂ ਸਕੀ ਨੇ ਮੈਨੂੰ ਕਦੇ ਹੱਥ ਨਹੀਂ ਲਾਇਆ ਸੀ, ਕਦੇ ਨਹੀਂ ਮੇਰੇ 'ਤੇ ਹੱਥ ਚੱਕਿਆ ਤੇ ਉਹਨੇ। ਇਹ ਤਾਂ ਮੈਨੂੰ ਬੇਬੇ ਮੈਨੂੰ ਰੋਜ਼ ਨਜਾਇਜ਼ ਹੀ ਕੁੱਟਦੀ ਸੀ, ਨਾਲੇ ਮੇਰੀ ਮਰੀ ਮਾਂ ਨੂੰ ਗਾਲਾਂ ਕੱਢਦੀ ਹੁੰਦੀ ਸੀ। ਬੱਗੇ ਨੂੰ ਤਾਂ ਇਹਨੇ ਕਦੇ ਝਿੜਕ ਕੇ ਨਹੀਂ ਦੇਖਿਆ, ਮੈਂ ਤਾਂ ਇਹੋ ਜਿਹਾ ਕੁਛ ਸਾਰਾ ਭੁੱਲ ਕੇ ਵੀ ਆਪਦੀ ਮਾਂ ਮੰਨ ਕੇ ਚੱਲਿਆ ਇਹਨੂੰ। ਨਾਲੇ ਬੇਬੇ ਕਹਿੰਦੀ ਹੈ ਨਾ ਅਸੀਂ ਦੋਵੇਂ ਜੀਆਂ ਨੇ ਮਿਹਨਤ ਕਰਕੇ ਜ਼ਮੀਨ ਬਣਾਈ ਹੈ, ਬੇਬੇ ਤਾਂ ਡੱਕਾ ਨਹੀਂ ਤੋੜਦੀ ਹੁੰਦੀ ਸੀ, ਬਾਪੂ 'ਤੇ ਪੂਰਾ ਦਾਬਾ ਰੱਖਦੀ, ਇਹ ਤਾਂ ਬਾਪੂ ਨੇ ਕੰਮ ਕਰਿਆ, ਸੀਰੀ ਰੱਖਦੇ ਕਦੇ ਰੋਟੀਆਂ ਵੀ ਬਾਪੂ ਲਾਉਂਦਾ ਜੇ ਰੁਸ ਕੇ ਬਹਿ ਜਾਂਦੀ। ਮੈਨੂੰ ਤਾਂ ਤੁਹਾਡੇ 'ਤੇ ਗੁੱਸਾ ਆਉਂਦਾ, ਤੁਸੀਂ ਹੁਣ ਨਰਵਾਈ ਵਰਤੀ ਗਏ ਅਗਲੇ ਆਪਣੇ ਨਾਲ ਧੱਕਾ ਕਰਕੇ। ਚੱਲ ਕੋਈ ਨਾ ਸੁਪਾਲ, ਜ਼ਮੀਨ ਆਪਾਂ ਹੋਰ ਬਣਾ ਲਾਂਗੇ, ਰੱਬ ਤੰਦਰੁਸਤੀਆਂ ਬਖਸ਼ੇ। ਮੈਂ ਬੱਗੇ ਨੂੰ ਅਤੇ ਬੇਬੇ ਨੂੰ ਕਿੰਨਾ ਪਿਆਰ ਕਰਦਾ ਸੀ, ਮਰ ਨਹੀਂ ਮਰਦਾ ਸੀ ਉਹਨਾਂ 'ਤੇ, ਰਿਸ਼ਤਾ ਤਾਂ ਗਵਾ ਲਿਆ ਉਹਨਾਂ ਨੇ ਜ਼ਮੀਨ ਪਿੱਛੇ। ਚੰਗਾ ਫਿਰ ਇੱਕ ਗੱਲ ਸੁਣ ਲਓ ਮੇਰੀ, ਹੁਣ ਸਾਰੀ ਉਮਰ ਉਹਨਾਂ ਕਲਾਮ ਨਹੀਂ ਕਰਨੀ, ਉਹ ਬੁੜੀ ਨੇ ਤੁਹਾਡੇ ਬਾਰੇ ਜਮਾਂ ਵੀ ਨਹੀਂ ਸੋਚਿਆ, ਹੁਣ ਆਪਣੇ ਕੀ ਲੱਗੇ ਉਹਦਾ ਬਸ ਨਹੀਂ ਚੱਲਿਆ, ਉਹ ਤਾਂ ਆਪਣਾ 1.5 ਕਿੱਲਾ ਵੀ ਖੋਲਣਦੀ। ਤੁਸੀਂ ਐਵੇਂ ਮਾਂ ਮਾਂ ਲਾਇਆ, ਮਾਂ ਕਾਹਦੀ ਜਦੋਂ ਤੁਹਾਨੂੰ ਪੁੱਤ ਮੰਨੇ ਨਹੀਂ ਉਹਨੇ। ਮੈਂ ਕੀ ਕਰਾਂ ਸੁਪਾਲ, ਜਦੋਂ ਮੇਰੇ ਵੀ ਛੋਟੇ ਹੁੰਦੇ ਦੀ ਮਾਂ ਮਰ ਗਈ, ਬਾਪੂ ਮੈਨੂੰ ਕਹਿੰਦਾ ਮੈਂ ਤੇਰੇ ਵਾਸਤੇ ਹੋਰ ਮਾਂ ਲੈ ਕੇ ਆਊਂਗਾ, ਇਦੋਂ ਬਾਅਦ ਇਹ ਬੇਬੇ ਆ ਗਈ, ਮੈਂ ਬਾਪੂ ਦੀ ਗੱਲ ਤੇ ਯਕੀਨ ਕਰੀ ਬੈਠਾ, ਮੈਂ ਤਾਂ ਮੈਨੂੰ ਬੇਬੇ ਹੀ ਸਮਝਣਾ ਇਹਨੂੰ। ਮਾਂ ਤਾਂ ਉਹ ਹੁੰਦੀ ਹੈ ਜਿਹੜੀ ਗਿੱਲੀ ਥਾਂ ਤੇ ਆਪ ਪੈ ਜੇ ਬੱਚੇ ਨੂੰ ਸੁੱਕੀ ਥਾਂ ਤੇ ਕਰ ਦਿੰਦੀ ਹੈ, ਇੱਕ
जिन्हें डिगू डिगू छत थले बच्चे रहने मजबूर कर। चल जिंदी बसदी रहे। जिंदे बसदे तो रहनगी। देख लो मैं सोतों कुछ मंगया कदे अपन डेढ़ किला दे के तोरता आंदे अपने ही से चार किले। चल मैं फिर भी कोई इतराज नहीं भवां अपने जवाखा ना भविख मारता उन्होंने। चंगा टाइम हो चाहे माड़ा हो मैं तो मरन जाऊन दिन सुटना कसमां खादियां ने। चाहे माड़ा टाइम भी हो रल के कटा गया। वो तो सुखपाल विश्वास है मैनू तेरे ते। पर सुन मेरी गल अज एक जरूर मननी पऊगी। केड़ी? मेरे ना अज एक गल दा वादा कर लो। अज तो मुड़ के मां पुत्ता ना कलाम नहीं करनी। नाले ए गल चंगी तरह उहदे दिमाग च बिठा लो भी अज तो थोड़ी मां नहीं हैगी। चल कोई गल नहीं सुखपाल मैं भी कलाम नहीं करदा। मैं तो अज तक तां नहीं बोलिया। धक्का तां मैनू भी पता सी भी अपने नाल कीता उहनां ने भी उहनूं मैं मां दा दर्जा दित्ता सी। वो तो थोड़ी मैं गल मानदी हां भी तुसीं मां करके नहीं बोले तां ही थोड़े नाल इन्ना धक्का हो गया। पर हुण कदे जिंदगी च उहनूं बुलाउणा ही नहीं हैगा। नहीं बुलाउंदा सुखपाल हुण मैं जिस तैनूं कही दित्ता। मैं तो उहदा मन समझा लूंगा भी उह मेरे कणियों मर गए मैं उहनां कणियों मर गया। सौ गुरु जी मैं तो इसे गलते पक्का रहूंगा। हूँ चल बस ठीक है। की हाल है जैसे भाई आया? ठीक है। किधरों आए? मैं तो सीख वाली डब्बिया लिया थी यार। अच्छा धक्का ही कर गए यार चाची दे बग्गा तेरे नाल। की कर सकते हैं यार फिर तू टिल्ला पै गया यार जस्से अड़ना सी तू। जदों राजू यार मेरे बेबे मैनू छोटे होंदे नू कुटदे होंदे बाला उदों मैं मेरे बापू नू दस्या सीगा एक दो बारी। वो कहिंदा जे तेरी माँ हुंदी सकी वो कहिड़ा तैनू कुटदी ना। बापू कहिंदा हुण तां इसे नू ही माँ मनना पऊगा तैनू। पर उही गल फिर मैं पल्ले मन ली। हुण मैं माँ दा फैसला मन के फिर कुछ बोलिया नहीं हैगा। मैं सिर मत्थे कर लिया। गलत कर बैठा जस्से तू। मेरी माँ भी कहिंदी कहिंदी जस्से नू विरोध करना चाहीदा सी। बस यार मन जा नहीं मनिया विरोध करन। एक गल है जस्से भाई मेरी बेबे भी कहती होंगी है कहती मेरी जस्से की माँ नाल बाली बनती सी। सुभाव बहुत वधिया सी चाची का। ऊ मैनू भी माड़ा माड़ा याद आ चाची मैनू बहुत प्यार करती सी। जो आप छोटे छोटे होंगे सी कई बार चाची तैनू चूरी खवाई जाती होंगी उधरों मैं वग जाता। वह मैंने चुक के मंजे से बिठा लेंदी आप दोनों चूरी खवादी। भाई उन्हें अपने दोनों च कदे फर्क नहीं समझा सी। बस उही दो चार साल का साथ सी बेबे नाल अपना। सही गल आ बई आ चाची तो वह चाची के सुभाव का जमीन समान का फर्क आ। ताही तो मेरी बेबे की नहीं बनती ये बाली बोलचाल है नहीं गी। हूँ एक बरतना पैंदा गा अपने घर दुध आता ना सोडे घर। ठीक है उन्ना को तो फिर रखना पैंदा है। चंगा फिर राजू है मैं तो डब्बिया लेना आया थी तेरे भाभी भी डिग दी चाह चू करनी थी यार। ठीक है बई। चाची हाल हो राजू आनी है। होर बगे की हाल है? ठीक है। क्यों मिलता हूँ तेरा यार जस्सा हूँ? देख यार बगे तू भी मेरा भाई है ते जस्सा ही मेरा भाई है। मैं तो दोनों एको जी हूँ। एको जे कानू हाँ सानू सारा पता तू जस्से ना बद लिया जे रखदा। देख भी बगे झूठ तो मैं बोलदा नहीं। ठीक है जस्सा भी मेरे चाची का मुंडा देख उदे कोले मैं आना जाना। तू भी मेरे चाची का मुंडा तेरे कोल भी आना जाना। ओ मेरी चाची है। बे रहन दे रहन दे। मैनू किथे चाची मानदा तू? चाची तो तेरी जस्से की माँ ही सी। ना तेरी माँ मैनू दराणी मन्ने। ओ ना ना चाची ये गल नहीं हुंदी। रिश्ता तो रिश्ते ही हुंदा। रिश्ते नू आपां किवें बदल सकदे आ? पर मैं एक गल तुहानू जरूर कहूँगा जे गल चाली पई चाची तुसीं जस्से नाल रिश्ता नहीं तोड़ना सी। जस्सा तेनू माँ मानता सीगा। रही गल बगे दी बगे ते तां जान वारदा सी। ओह बह जा टिक्के जानदियां मैं माँ मनण वाले नू। तेरियां गल्लां तो पता लग गया ना तू भी जस्से दा मेहत्ती है। लिहाज वाली गल तां कोई नहीं चाची सही गल तां देख कही जांदी है। नाले जस्सा बाला बीमार होया पिया उहदा पता लै आउंदे सत्थ नू लियाई दा उहदा पता। नाले जमीन तां जस्से नू घट मिली आ सुन्नू कहदियां मिर्चां लगदियां ने तुसीं बड़ा उहदा पक्ष जा लैंदे हो। चल छड्ड यार बगे आपां कहदे वास्ते बहसदे आ गल खत्म कर। हुण तां गल खत्म करेंगे ही तू ते होर हुण करनी नहीं आपां कलेश थोड़ी पाउणा है। आहो भाई तैनूं तां वध घट गल करन दी लोड़ ही नहीं। तू तां दुध फड़ाउणा आउणा है फड़ा जाया कर। अके पता ले आओ असीं उहदा पता लै के की करना है। तू कम मतबल दी गल करिया कर साडे नाल। हाँ हाँ चाची उहदा गल तुरी सी तां गल हो गई नहीं आपां नूं की लोड़ है। चलो देखिया कई गल्ला करता सी
ਹੋਰ ਬੇਬੇ ਹਾਂ ਮੈਨੂੰ ਸਾਰਾ ਪਤਾ ਹੈ ਰਾਜੂ ਦੀ ਮਾਂ ਤੇ ਰਾਜੂ ਨਾ ਅੰਦਰੋਂ ਜੱਸੇ ਨਾਲ ਦੇ ਨੇ ਹਾਂ ਬੇਬੇ ਗੱਲ ਤੇਰੀ ਸਹੀ ਆ ਹੋਰ ਕਿਵੇਂ ਠੀਕ ਹੈ ਭੈਣੇ ਹਾਂ ਭੈਣੇ ਠੀਕ ਆ ਹੋਰ ਕਿਵੇਂ ਸਰਜੀਤ ਤੂੰ ਠੀਕ ਹੈ ਭੈਣੇ ਵਧੀਆ ਹੋਰ ਠੀਕ ਹੈ ਹਾਂ ਆ ਜਾ ਅੰਦਰ ਆ ਜਾ ਅੰਦਰ ਬੈਠਾਂਗੇ ਧੁੱਪ ਹੈ ਬਾਹਰ ਤਾਂ ਆ ਜਾ ਭੈਣੇ ਬਹਿ ਜਾ ਕਿੱਧਰੋਂ ਆਈ ਸੀ ਮੈਂ ਤਾਂ ਲੰਘੀ ਜਾਂਦੀ ਸੀ ਭੈਣੇ ਅੱਛਾ ਮੈਂ ਕਿਹਾ ਚੱਲ ਭੈਣ ਦੇ ਕਾਨੂੰ ਬਾਰ ਬੂਰ ਜੀ ਲੰਘਣਾ ਹੁਣ ਮੈਂ ਕਿਹਾ ਮਿਲਕੀ ਵਗ ਜਾ ਭੈਣ ਚੱਲ ਵਧੀਆ ਕੀਤਾ ਭੈਣੇ ਹੋਰ ਉੱਧਰ ਗਈ ਸੀ ਗਾਹਾਂ ਜੈਲਦਾਰਾਂ ਦੇ ਘਰੇ ਗਈ ਸੀ ਅੱਛਾ ਹਾਂ ਮੈਂ ਕਿਹਾ ਚੱਲ ਭੈਣ ਨੂੰ ਮਿਲ ਜਾ ਮੈਂ ਚੱਲ ਤਾਂ ਆ ਗਈ ਮੈਂ ਹੋਰ ਕਿਵੇਂ ਠੀਕ ਹੈ ਹਾਂ ਠੀਕ ਹੈ ਭੈਣੇ ਹੋਰ ਤੁਸੀਂ ਸਾਰੇ ਠੀਕ ਹੋ ਹਾਂ ਠੀਕ ਹੈ ਭੈਣ ਠੀਕ ਹੈ ਵਧੀਆ ਹਾਂ ਚੰਗਾ ਹੋਰ ਮੈਂ ਵੀ ਸੋਚਦੀ ਸੀ ਮਹਾਂ ਕਈ ਦਿਨ ਹੋ ਗਏ ਸਰਜੀਤ ਨੇ ਗੇੜੇ ਹੀ ਨਹੀਂ ਮਾਰਿਆ ਮੈਂ ਤਾਂ ਭੈਣੇ ਪਿੰਡ ਗਈ ਹੋਈ ਸੀ ਤਾਂ ਹੀ ਨਹੀਂ ਗੇੜਾ ਵੱਜਿਆ ਮੈਂ ਆਖਿਆ ਕਿਤੇ ਸੁਖਪਾਲ ਕਰਕੇ ਨਹੀਂ ਆਉਂਦੀ ਸੁਖਪਾਲ ਹੈ ਨਹੀਂ ਘਰੇ ਉਰੇ ਨਾ ਨਾ ਭੈਣੇ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਤੇਰੇ ਨਾਲ ਕਿਹੜਾ ਮੇਰਾ ਮੋਹ ਪਿਆਰ ਨਹੀਂ ਹੈਗਾ ਸੁਖਪਾਲ ਕੋਲ ਤਾਂ ਭੈਣੇ ਮੈਂ ਆ ਜਾਂਦੀ ਮੈਨੂੰ ਬਾਰ ਸੰਬਰਦੀ ਮਿਲ ਜਾਂਦੀ ਸੀ ਉੱਥੇ ਰੋਜ਼ ਸੁਖਪਾਲ ਦਾ ਭੈਣੇ ਘਰ ਦੂਰ ਹੈ ਹੁਣ ਤੈਨੂੰ ਪਤਾ ਐਡੀ ਦੂਰ ਕਿੱਥੇ ਗੇੜਾ ਵੱਜਦਾ ਭੈਣੇ ਉਸੇ ਦੀ ਵਾਲਾ ਆਉਂਦਾ ਤੈਨੂੰ ਉਸੇ ਨਾਲ ਹੀ ਸੀ ਵਾਲੀ ਤੇਰੀ ਨਾ ਨਾ ਭੈਣੇ ਇਹੀ ਤਾਂ ਕੋਈ ਗੱਲ ਨਹੀਂ ਉਹ ਤਾਂ ਰੋਜ਼ ਕੋਲੇ ਖੜਦੀਆਂ ਨੇ ਮੋਹ ਪਿਆਰ ਤਾਂ ਹੋ ਹੀ ਜਾਂਦਾ ਚੱਲ ਦੁੱਖ ਸੁੱਖ ਕਰ ਲੈਂਦੀ ਸੀ ਮੈਂ ਉਹਦੇ ਕੋਲੇ ਆਪਦੇ ਆਹੋ ਆਹੋ ਉਹਦੇ ਕੋਲੇ ਆਉਂਦੀ ਸੀ ਦੁੱਖ ਸੁੱਖ ਕਰਨ ਤਾਂ ਹੀ ਨਹੀਂ ਹੁਣ ਆਉਂਦੀ ਲੈ ਆਉਂਦੀ ਕਿਉਂ ਨਹੀਂ ਭੈਣੇ ਹੁਣ ਆਈ ਤਾਂ ਬੈਠੀ ਆ ਮੈਂ ਆਹੋ ਮੇਰੇ ਚੁਗਲੀ ਕਰਦੀ ਹੋਊਗੀ ਤੇਰੇ ਕੋਲੇ ਹੋਰ ਉਹਨੇ ਕੀ ਗੱਲਾਂ ਕਰਨੀਆਂ ਨਾ ਨਾ ਭੈਣੇ ਰੱਬ ਕੋਲੇ ਜਾਣ ਦੇਣੀ ਹੈ ਉਹਨੇ ਕੀ ਚੁਗਲੀ ਕਰੀ ਹੈ ਮੇਰੇ ਕੋਲੇ ਉਹ ਤਾਂ ਵਿਚਾਰੀ ਮੇਰੇ ਕੋਲੇ ਆਪਦੇ ਪੇਕਿਆਂ ਦਾ ਦੁੱਖ ਸੁੱਖ ਕਰ ਲੈਂਦੀ ਸੀ ਚੱਲ ਭੈਣੇ ਤੇਰੀ ਗੱਲ ਮੰਨ ਲੈਣੀ ਆ ਸੱਚੀ ਗੱਲ ਆ ਭੈਣੇ ਐਵੇਂ ਤਾਂ ਨਹੀਂ ਕਿਹਾ ਜਾਂਦਾ ਅਗਲੇ ਬਾਰੇ ਲੈ ਉਹ ਕਿਹੜਾ ਕੋਲੇ ਸੁਣਦੀ ਹੈ ਉਹਨੇ ਤਾਂ ਕਦੇ ਤੇਰੇ ਬਾਰੇ ਮੂੰਹ ਚੋਂ ਗੱਲ ਵੀ ਨਹੀਂ ਕੱਢੀ ਠੀਕ ਹੈ ਨਾ ਨਾ ਭੈਣੇ ਵਧੀਆ ਸੀ ਤੁਸੀਂ ਇਕੱਠੇ ਸੀ ਉਹੀ ਅੱਡ ਕਰਤਾ ਉਹਨਾਂ ਨੂੰ ਐਵੇਂ ਨਾ ਪਕਾਈ ਮਾਰ ਐਵੇਂ ਨਾ ਪਕਾਈ ਮਾਰ ਕਿਉਂ ਕਰਨਾ ਨਹੀਂ ਸੀ ਅੱਡ ਉਹ ਕਿਹੜਾ ਮੇਰਾ ਆਪਦਾ ਸੀ ਮਤਰੇਆ ਸੀ ਮਤਰੇ ਬਣਦੇ ਹੁੰਦੇ ਨੇ ਕਿਤੇ ਆਪਦੇ ਮੈਂ ਕਿਉਂ ਰੱਖਾਂ ਉਹਨੂੰ ਆਪਦੇ ਘਰੇ ਇਹ ਤਾਂ ਭੈਣੇ ਫਿਰ ਛੋਟਾ ਘਰੇਲੂ ਝਗੜਾ ਹੈ ਇਹਦੇ ਬਾਰੇ ਤਾਂ ਹੁਣ ਮੈਂ ਕੀ ਕਹਿ ਸਕਦੀ ਹਾਂ ਚੰਗਾ ਭੈਣੇ ਫਿਰ ਮੈਂ ਜਾਂਦੀ ਹਾਂ ਫਿਰ ਮੈਨੂੰ ਵੀ ਕਵੇਲਾ ਹੁੰਦਾ ਹੈਗਾ ਚੰਗਾ ਭੈਣੇ ਹਾਂ ਆ ਗਏ ਤੁਸੀਂ ਹਾਂ ਥੱਕ ਗਏ ਯਾਰ ਅੱਜ ਤਾਂ ਮੈਂ ਪਾਣੀ ਲਿਆਉਣੀ ਆ ਦਿਆ ਹਲੋ ਅਸਲ 'ਚ ਜਦੋਂ ਦਾ ਮੈਂ ਬਿਮਾਰ ਜਿਹਾ ਹੋਇਆ ਨਾ ਜ਼ਿਆਦੇ ਉਦੋਂ ਦੀ ਥਕਾਵਟ ਜੀ ਬੜੀ ਛੇਤੀ ਹੋ ਜਾਂਦੀ ਹੈ ਕਮਜ਼ੋਰੀ ਜੀ ਪੈ ਗਈ ਹਾਂ ਇੱਕ ਤਾਂ ਤੁਹਾਡੇ ਸੈੱਲ ਵਾਲੇ ਘਟ ਗਏ ਤੇ ਇਹ ਸੈੱਲ ਘਟਿਆ ਬੰਦਾ ਤਾਂ ਮਸਾਂ ਲੋਟ ਆਉਂਦਾ ਹੈ ਇੱਕ ਦੋ ਸਾਲਾਂ 'ਚ ਇੱਕ ਤਾਂ ਤੁਸੀਂ ਉੱਤੋਂ ਮਿਹਨਤ ਵੀ ਵਾਲੀ ਕਰਦੇ ਹੋ ਹਾਂ ਇਹ ਤਾਂ ਹੈਗਾ ਚਲੋ ਹੁਣ ਕੰਮ ਤਾਂ ਜਿਹੜਾ ਰਹਿੰਦਾ ਰਹਿੰਦਾ ਹੁਣ ਤਾਂ ਆਪਾਂ ਸੌਖੇ ਹੋ ਜਾਵਾਂਗੇ ਸੁਪਾਲ ਹਾਂ ਹਾਂ ਸੌਖੇ ਤਾਂ ਸੁੱਖ ਨਾਲ ਆਪਾਂ ਹੋ ਹੀ ਜਾਵਾਂਗੇ 4 ਕਿਲੇ ਠੇਕੇ ਤੇ ਲੈ ਲੈ 1.5 ਕਿਲੇ ਲਾਭ ਦਾ ਹੈਗਾ 5.5 ਕਿਲਾਂ ਦੀ ਵਾਹੀ ਹੋਗੀ ਹਾਂ ਸੌਖੇ ਤਾਂ ਹੋ ਜਾਵਾਂਗੇ ਸੌਖੇ ਤਾਂ ਹੋ ਹੀ ਪਏ ਆ ਜੈਲੇ ਕੀ ਜ਼ਮੀਨ ਵਕਿਆ ਹੂ ਹੈ ਛੇਕ ਨਾਲ ਮੈਂ ਜੈਲੇ ਨੂੰ ਕਹਿਤਾ ਵੀ ਜੈਲਿਆ ਤੂੰ ਜ਼ਮੀਨ ਸਾਨੂੰ ਦੇਈ ਮੈਂ ਲਊਂਗਾ ਤੇਰੀ ਜ਼ਮੀਨ 20 ਦਿਨਾਂ ਤੱਕ ਮੈਂ ਪੈਸਿਆਂ ਦਾ ਕਰਦਾ ਪ੍ਰਬੰਧ ਅੱਛਾ ਚੱਲ ਠੀਕ ਹੈ ਐਂ ਤਾਂ ਕੋਈ ਗੱਲ ਨਹੀਂ ਆਪਾਂ ਮੈਜਰ ਬਾਈ ਤੋਂ ਮਦਦ ਲੈ ਲਾਂਗੇ 2.5 ਲੱਖ ਦੀ ਜੇ ਲੋੜ ਪਈ ਹਾਂ ਉਹ ਕਿਹੜਾ ਜਵਾਬ ਦਿੰਦਾ ਆਪਾਂ ਨੂੰ ਜਵਾਬ ਨਹੀਂ ਦਿੰਦਾ ਹੈਗਾ ਹਾਂ ਹਾਂ ਜਵਾਬ ਤਾਂ ਕਰਨ ਦਿੰਦਾ ਕਰ ਲਾਂਗੇ ਜੇ ਠੀਕ ਰਿਹਾ ਹਾਂ ਹਾਂ ਤੁਸੀਂ ਸੌਦਾ ਮਾਰੋ ਸਹੀ ਕਿਰਾ ਚੱਲ ਮੈਜਰ ਬਾਈ ਦਾ ਵੀ ਹੁਣ ਤਾਂ ਸਰਦਾ ਵਰਦਾ ਸੁੱਖ ਨਾਲ ਮੁੰਡਾ ਹੀ ਬਾਹਰ ਹੈ ਬਾਈ ਕਹਿੰਦਾ ਤੀਜੇ ਕੁੜੀਏ ਘਰ ਘੁਰ ਪਾਉਣਾ ਹੋਏ 2.5 ਲੱਖ ਰੁਪਇਆ ਮੈਂ ਦੇ ਦੂੰਗਾ ਚੱਲ ਘਰ ਤਾਂ ਫੇਰ ਪੈਂਦਾ ਰਹੂਗਾ ਪਹਿਲਾਂ ਆਪਾਂ ਜ਼ਮੀਨ ਦਾ ਸਾਧਨ ਕਰ ਲਈਏ ਗੱਲ ਤਾਂ ਠੀਕ ਹੋਰ ਨਾਲ ਲੱਗਦੀ ਕਿਹੜਾ ਜ਼ਮੀਨ ਮਿਲਦੀ ਹੈ ਦਬਾਈ ਤਾਂ ਮੈਂ ਹੁਣੀ ਕਰ ਦੇਣੀ ਫੋਨ ਨਾਲ ਮੈਂ ਚਾਹ ਕਰਦੀ ਅੰਦਰ ਨਾਲੇ ਮੈਂ ਬਾਈ ਨੂੰ ਫੋਨ ਕਰ ਦੇਣੀ ਆ ਕਰਦੇ ਫਿਰ ਪੁੱਛ ਲੈ ਬਾਈ ਤਾਂ ਇਹ ਨਹੀਂ ਪਤਾ ਖਾਤੇ 'ਚ ਹੀ ਪਵਾ ਦੇ ਆਉਣ ਦੀ ਵੀ ਲੋੜ ਨਹੀਂ ਪੈਣੀ ਹੈਗੀ ਲਿਆਉਣ ਦੀ ਵੀ ਚੱਲ ਲੋਟ ਹੈ ਫਿਰ ਤਾਂ ਕਿੱਧਰ ਵੱਗ ਗਈ ਬੇਬੇ ਆ ਸੀ ਪੁੱਤ ਬੇਬੇ ਆੜਤੀ ਦਾ ਫੋਨ ਆਇਆ ਸੀ ਕਹਿੰਦਾ ਸਾਫ਼ ਸੂਫ਼ ਕਰ ਜਾ ਮੈਂ ਅੱਜ ਦੁਕਾਨ 'ਤੇ ਆਂਗਾ ਅੱਛਾ ਪੁੱਤ ਕਰਿਆ ਫਿਰ ਠੀਕ ਆ ਕੁਛ ਮੰਗਾਉਣਾ ਤਾਂ ਨਹੀਂ ਹੈਗਾ ਬੇਬੇ ਹੋਰ ਤਾਂ ਪੁੱਤ ਹੈਗਾ ਸਾਰਾ ਕੁਛ ਉਹ ਚੁੱਲ੍ਹੇ ਦਾ ਲਾਈਟਰ ਜਿਹਾ ਖਰਾਬ ਹੋ ਰਿਹਾ ਉਹ ਲੈ ਆਈ ਠੀਕ ਆ ਬੇਬੇ ਹੇ ਲੱਤ ਫੇਤੀ ਜਮੀ ਓਏ ਮਰ ਗਿਆ ਓਏ ਬਾਪੂ ਹਾਏ ਓਏ।
नहीं भैने नहीं भैने अपने बगे का इंसीडेंट हो गया नहीं केड़े मोड़ते नहीं उन्हें हस्पताल ले गए वो लत्त की कार लंघ गई ਕਿਵੇਂ ਦੱਸ ਜੇ ਲੱਗਦੇ ਹੋ ਖੈਰ ਵੀ ਹੈ ਖੈਰ ਕਾਦੀ ਹੈ ਬੱਗੇ ਦਾ ਐਕਸੀਡੈਂਟ ਹੋ ਗਿਆ ਕਾਰ ਟੱਪ ਗਈ ਲੱਤ ਉੱਤੇ ਦੀ ਬੂ ਮੈਂ ਮਰ ਜਾ ਜਾਨ ਤਾਂ ਬਚ ਰਹੀ ਹਾਂ ਚਲ ਸ਼ੁਕਰ ਹੈ ਜਾਨ ਤਾਂ ਬਚ ਰਹੀ ਕਿਹੜੇ ਹਸਪਤਾਲ 'ਚ ਫਿਰ ਆਪਾਂ ਪਤਾ ਲੈ ਆਉਂਦੇ ਆ ਨਾ ਰਹਿਣ ਦੇ ਯਾਰ ਪਤਾ ਲੈਣ ਨੂੰ ਹੁਣ ਜਦੋਂ ਆਪਣੇ ਕਣੀ ਉਹ ਮਰ ਗਏ ਉਹਨਾਂ ਕਣੀ ਆਪਾਂ ਮਰ ਗਏ ਹੁਣ ਨਹੀਂ ਆਪਾਂ ਜਾਂਦੇ ਪਤਾ ਪਤਾ ਲੈਣ आलो चाची दुद्ध डोलने वेली कर दो और बगे किवें आ बस ठीक ही आ भाई की कहंदा फिर डॉक्टर डॉक्टर ने की कहना भाई कहंदा बस दो तीन महीने तक खलौड़ियां या ते तुरन लग जाएगा ये भी साला बहुत औखा ही है यार पता ही नहीं लगता बंदे ते केड़े वेले मुसीबत आ जी पुछना भाई असि तां कदे किसे दा माड़ा नहीं कीता सी सोचया भी है नहीं सी भी मेरा पुत्र लत्तां तो आजा हो जूगा केड़ा पता सी चाची भी डॉक्टर नु ऐ लत्त कटनी पै जूगी कार तां जमी पिजरा कढ गई लत्त दा बे होर पुत्त खबर केड़े कर्मां दी सजा मिली है सानू असी तां कदे किसे दा माड़ा नहीं कीता मैं तो फेर नहीं बोले बिना रह जांदा तैनू इक गल दसा चाची जस्से बाई होरां नू किसे तरीके नाल इस घरे लिया बाकी तुहाडी मर्जी है चाची चल चंगा चाची जाना मैं तां बगे पुत राजू सही कहिंदा सी कम कार तां पुत तां इत्थों होना नहीं सारी उम्र दा आरी हो गया हुण आपां उन्हां नूं जस्से होरां नूं ऐसे घरे ले आईए नाले अपना कम कार चल पू जस्से होरां नूं आपां इत्थे लियाउने आ नाले तेरी देखभाल कर लू हाँ बेबे फिर तां बहुत वधिया हो जूगा उह अपने कोल रहिण लग जाणगे नाले जस्सा तां मैनूं बहुत प्यार करदा सीगा हाँ हुण भी करदा है तां ही तां तेरा हस्पताल 'च पता लैण गया ती कोई ना पुत फिकर ना कर मैं जाऊंगी उन्हां दे चल ठीक आ बेबे ਕਿਵੇਂ ਬੇਬੇ ਜੱਸੇ ਪੁੱਤ ਮੈਂ ਤਾਂ ਗਲਤੀ ਮੰਨਣ ਆਈ ਹਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਮੈਂ ਤੁਹਾਨੂੰ ਅੱਡ ਰਹਿਣ ਨੂੰ ਕਹਿਤਾ ਹੁਣ ਚੱਕੋ ਸਮਾਨ ਆਪਾਂ ਪੁੱਤ ਇਕੱਠੇ ਰਹਾਂਗੇ ਕਦੇ ਮਰ ਚੜੀਏ ਕਦੇ ਜਿਉਂ ਚੜੀਏ ਬੇਬੇ ਤੇਰੀ ਤਾਂ ਉਹ ਗੱਲ ਹੋ ਗਈ ਹੁਣ ਨਹੀਂ ਅਸੀਂ ਉਹ ਘਰੇ ਆ ਸਕਦੇ ਪੁੱਤ ਤੈਨੂੰ ਪਤਾ ਹੈ ਬੱਗਾ ਤਾਂ ਹੁਣ ਫੌੜੀਆਂ ਤੇ ਤੁਰਨ ਲੱਗ ਗਿਆ ਪੁੱਤ ਜ਼ਮੀਨ ਦੀ ਵਾਹੀ ਤੈਨੂੰ ਹੀ ਕਰਨੀ ਪਊ ਕਿਹੜੀ ਬੇਬੇ ਜ਼ਮੀਨ ਜਿਹੜੀ ਦੇਣੀ ਸੀ ਸਾਨੂੰ ਦੇਤੀ ਉਹ ਤਾਂ ਤੁਹਾਡੀ ਹੋ ਰਹੇਗੀ ਨਹੀਂ ਸੁਖਪਾਲ ਉਹ ਵੀ ਜੱਸੇ ਦੀ ਹੋਈ ਜ਼ਮੀਨ ਹੈ ਜੱਸੇ ਹੀ ਵਾਹੀ ਕਰੂ ਨਾ ਨਾ ਬੇਬੇ ਉਹ ਤਾਂ ਤੇਰੀ ਉਹ ਜ਼ਮੀਨ ਹੈ ਜਿਹੜੀ ਤੂੰ ਤੇ ਬਾਪੂ ਨੇ ਮਿਹਨਤ ਨਾਲ ਬਣਾਈ ਸੀ ਜਦੋਂ ਕੋਈ ਘਰੇ ਕਮਾਉਣ ਆ ਰਿਹਾ ਉਹ ਤਾਂ ਲੋੜ ਪੈਗੀ ਉਹ ਤਾਂ ਜੱਸਾ ਜ਼ਿਆਦਾ ਆ ਗਿਆ ਹਾਂ ਪੁੱਤ ਆ ਗਿਆ ਇਹ ਮੇਰਾ ਪੁੱਤ ਹੈਗਾ ਹੁਣ ਤੇਰਾ ਪੁੱਤ ਕਿਵੇਂ ਬਣ ਗਿਆ ਪਹਿਲਾਂ ਤਾਂ ਇਹ ਮਤਰਿਆ ਸੀ 2.5-3 ਸਾਲ ਹੋ ਗਏ ਪੁੱਤ ਨੂੰ ਘਰੋਂ ਕੱਢੇ ਨੂੰ ਕਦੇ ਉਹਦੀ ਬਾਤ ਪੁੱਛੀ ਹੈ 2 ਮਹੀਨੇ ਬਿਮਾਰ ਰਿਹਾ ਸਾਰਾ ਪਿੰਡ ਪਤਾ ਲੈ ਕੇ ਗਿਆ ਸੋਤੋਂ ਨਾ ਸਰਿਆ ਪੁੱਤ ਗਲਤੀ ਮੰਨਦੇ ਆ ਮੈਂ ਆਪਦੀ ਚਲੋ ਸੁਖਪਾਲ ਐਂ ਨਹੀਂ ਕਰੀਦਾ ਹੁੰਦਾ ਪੁੱਤ ਚਲੋ ਤੁਸੀਂ ਤਿਆਰੀ ਕਰੋ ਸਮਾਨ ਮੈਂ ਉਧਰ ਲੈ ਕੇ ਜਾਣਾ ਤੁਹਾਡਾ ਨਾ ਬੇਬੇ ਹੁਣ ਤੁਹਾਡਾ ਤੁਹਾਡਾ ਵੱਜੂਗਾ ਸਾਡਾ ਸਾਡਾ ਵੱਜੂਗਾ ਮੈਂ ਹੁਣ ਮਨ ਨੂੰ ਸਮਝਾ ਚੁੱਕਿਆ ਮੇਰੀ ਮਾਂ ਤਾਂ ਛੋਟੇ ਹੁੰਦੇ ਦੀ ਮਰ ਗਈ ਸੀ ਐ ਨਾ ਕਹਿ ਪੁੱਤ ਮੈਂ ਤੇਰੀ ਮਾਂ ਹਾਂ ਤੂੰ ਮੇਰਾ ਪੁੱਤ ਹੈ ਚੱਲ ਮੇਰੇ ਨਾਲ ਨਹੀਂ ਬੇਬੇ ਪੁੱਤ ਤਾਂ ਤੇਰਾ ਉਦੀ ਮਰ ਗਿਆ ਸੀ ਜਿੱਦੇ ਤੂੰ ਉਹਨੂੰ ਘਰੋਂ ਕੱਢਿਆ ਸੀ ਉਹਦਾ ਹੱਕ ਦੱਬ ਕੇ ਬੱਗਾ ਤੇ ਤੂੰ ਮੇਰੇ ਲਈ ਤਾਂ ਉਦੀ ਮਰ ਗਏ ਮਰਿਆਂ ਨੂੰ ਹੁਣ ਮਰੀ ਰਹਿਣ ਦੇ ਜਿਉਂਦੇ ਨਾ ਕਰ ਪੁੱਤ ਸਾਡੇ ਘਰੇ ਹੁਣ ਕਮਾਉਣ ਵਾਲਾ ਕੋਈ ਨਹੀਂ ਰਿਹਾ ਰੱਬ ਦਾ ਵਾਸਤਾ ਤੂੰ ਮੇਰੇ ਨਾਲ ਚੱਲ ਰੱਬ ਨੂੰ ਤਾਂ ਬੇਬੇ ਉਦੋਂ ਭੁੱਲ ਗਈ ਸੀ ਜਿੱਦੇ ਸਾਨੂੰ ਘਰੋਂ ਕੱਢਿਆ ਸੀ ਸਾਨੂੰ ਆਹ ਮਕਾਨ 'ਚ ਰਹਿਣ ਨੂੰ ਮਜਬੂਰ ਹੋਣਾ ਪਿਆ ਜਿਹਦੀ ਛੱਤ ਦਾ ਵੀ ਨਹੀਂ ਪਤਾ ਸੀ ਕਿਹੜੇ ਵੇਲੇ ਉੱਤੇ ਡਿੱਗ ਜਾਂਦੀ ਅਸੀਂ ਹੁਣ ਤੇਰੇ ਨਾਲ ਨਹੀਂ ਜਾ ਸਕਦੇ ਬੇਬੇ ਮੇਰੀ ਗੱਲ ਤਾਂ ਸੁਣ ਪੁੱਤ ਤੂੰ ਸਾਡੀ ਗੱਲ ਸੁਣ ਬੇਬੇ ਤੇਰੀ ਜ਼ਮੀਨ ਤਾਂ ਇਹਨੂੰ ਮੁਬਾਰਕ ਤੂੰ ਠੇਕੇ ਦੇ ਦੇ ਕਿਸੇ ਨੂੰ ਹਾਂ ਬੇਬੇ ਜੇ ਜ਼ਮੀਨ ਦੇ ਲਾਲਚ ਹੁੰਦਾ ਮੈਂ ਉਦੀ ਅੜ ਸਕਦਾ ਸੀ ਆ ਜ਼ਮੀਨ ਪਿੱਛੇ ਤੂੰ ਜੱਸੇ ਨੂੰ ਗਵਾ ਲਿਆ ਜਿਹੜਾ ਮਤਰੇਆ ਹੋਣ ਦੇ ਬਾਵਜੂਦ ਵੀ ਤੈਨੂੰ ਸਕਿਆ ਵਾਂਗੂ ਪਿਆਰ ਕਰਦਾ ਸੀ ਹੁਣ ਬੇਬੇ ਮੇਰੀ ਪੱਥਰ ਤੇ ਲਕੀਰ ਹੈ ਹੁਣ ਅਸੀਂ ਤੇਰੇ ਨਾਲ ਨਹੀਂ ਜਾ ਸਕਦੇ ਤੇਰਾ ਅੱਜ ਵੀ ਇਹਦੇ ਲਈ ਕੋਈ ਮੋਹ ਮੂਹ ਨਹੀਂ ਜਾਗਿਆ ਇਹ ਤਾਂ ਸਾਨੂੰ ਹੁਣ ਲੋੜ ਹੈ ਵੀ ਕੰਮ ਕਰਨ ਵਾਲਾ ਕੋਈ ਹੈ ਨਹੀਂ ਵੀ ਜੱਸਾ ਵਾਹੀ ਕਰਕੇ ਸਾਡਾ ਮਾਂ ਬੋਤਾਂ ਢਿੱਡ ਤੋੜ ਦੂਗਾ ਇਹ 2 ਮਹੀਨੇ ਮਰਨ ਕਿਨਾਰੇ ਰਿਹਾ ਸਾਰਾ ਪਿੰਡ ਪਤਾ ਲੈ ਲਾਇਆ ਉਦੋਂ ਤੈਨੂੰ ਤਰਸ ਆਇਆ ਫਿਰ ਅੱਜ ਅਸੀਂ ਤਰਸ ਕਿਹੜੀ ਗੱਲੋਂ ਕਰੀਏ ਜਾ ਮਾਤਾ ਆਪਦੇ ਘਰੇ ਜਾ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ
हुण कमेंट वालों की बारी, जिन्होंने सोहने सोहने कमेंट करके सानू एप्रीशिएट किया। सुखी बराड़, रुपिंदर कौर बप्पीआणा, भुल्लर साहब, दलजीत कौर, बलजिंदर कौर, के रजिंदर कौर, जतेंद्र कौर, परमजीत कौर कनेडा, ज्योति वालिया, मनु गिल, मुकेश कुमार, संदीप कौर, दलविंदर कौर, कुलदीप कुमार, रामनाथ, सतीश फलौर, सतवीर सिंह, जसवीर बप्पीआणा, एकम कौर, गुरजीत कौर, बहुत बहुत धन्यवाद सानू एप्रीशिएट करने के लिए। इस तरह साड़िया वीडियो करते रहो, वाच तो करते रहो, सोहने सोहने कमेंट सबसक्राइब कर लो जी, जिहड़े भी रहिंदे ने, बहुत वधिया वधिया वीडियो आने वाली ने। शुक्रिया।